व्यापार मंडल पठानकोट का शिष्टमंडल प्रधान अमित नैयर की अध्यक्षता में आज विभिन्न व्यापारिक संस्थाओं के प्रधानों को साथ लेकर डीएसपी सिटी सुशील कुमार और एसएचओ डिवीजन नंबर 1 से मिला, जिसमें चाचा वेद प्रकाश, भारत महाजन, राजेश पुरी, अरुण गुप्ता, नरेंद्र वालिया, रमन हांडा ने प्रमुखता से अपनी बात को रखते हुए कहा कि आने वाले 23, 24, 25 और 26 जून को विभिन्न व्यापारिक संस्थाओं की ओर से गर्मियों की छुट्टियों का ऐलान किया गया है। सभी व्यापारिक संस्थान और दुकानें बंद रहेंगी और उनके सुरक्षा को पुख्ता रखने के लिए प्रधान अमित नैयर, कॉस्मेटिक एसोसिएशन के प्रधान रामा भंडारी, करियाना एसोसिएशन के प्रधान राजेश महाजन, मोबाइल एसोसिएशन के प्रधान संजीव अरोड़ा, रेडीमेड गारमेंट के प्रधान अश्विनी सलहोत्रा, ज्वेलर एसोसिएशन से रमेश महाजन, मेन बाजार एसोसिएशन से भारत महाजन ने संयुक्त रूप से सभी व्यापारियों से अपील की है कि वे अपनी दुकानों के सीसीटीवी कैमरे दुरुस्त करवा लें और सभी बाजारों के चौकीदारों को भी अलर्ट कर दिया जाए, वे अपनी ड्यूटी मुस्तैदी से करें। इसी के साथ उन्होंने पठानकोट में प्रवासी लोगों द्वारा आकर जो कारोबार किया जा रहा है उन पर भी पैनी नजर रखते हुए उनकी जाँच होनी चाहिए। इस चर्चा पर डीएसपी सिटी सुशील कुमार ने व्यापार मंडल पठानकोट को भरोसा दिलाया कि बाजारों की सुरक्षा को लेकर हर संभव प्रयास किए जाएंगे, पुलिस पेट्रोलिंग को और ज्यादा पुख्ता किया जाएगा। ਉਹਨਾਂ ਦਾ ਜਿਹੜਾ ਏਜੰਡਾ ਸੀਗਾ ਵਪਾਰ ਮੰਡਲ ਦਾ, ਇਹ ਮਿਸਟਰ ਅਮਿਤ ਹੈਗੇ ਆ, ਉਹਨਾਂ ਦੀ ਰਹਿਨਮਾਈ ਹੇਠ ਹੋਈ ਹੈ ਮੀਟਿੰਗ ਅੱਜ, ਔਰ ਉਹਨਾਂ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਕਹਿੰਦੇ ਕਿ ਅਸੀਂ ਜਿਹੜੀ ਸ਼ੋਪਸ ਜਿਹੜੀਆਂ ਉਹ ਸਾਡੀਆਂ ਮਤਲਬ ਉਹਨਾਂ ਨੇ ਟਰਨ ਵਾਈਜ਼ ਟਰਨ ਜਿਹੜੀਆਂ ਉਹ ਬੰਦ ਰਹਿਣ ਕਰਨਗੀਆਂ, ਹੈ ਨਾ, ਕੁਛ ਖੋਲਣਗੀਆਂ ਕੁਛ ਬੰਦ ਰਹਿਣਗੀਆਂ। ਔਰ ਉਹ ਕਹਿੰਦੇ ਜਿਹੜੀ ਸ਼ੋਪਸ ਹੁੰਦੀਆਂ 24 ਆਵਰ ਬੰਦ ਰਹਿਣਗੀਆਂ, ਉਹਨਾਂ ਦੀ ਸਿਕਿਉਰਿਟੀ ਵਾਸਤੇ ਸਾਡੇ ਕੋਲ ਆਏ ਸੀਗੇ ਕਿ ਤਾਂ ਕਿ ਕੋਈ ਉਹਨਾਂ ਦੀ ਕੋਈ ਥੈਫਟ ਵਗੈਰਾ ਚੋਰੀ ਵਗੈਰਾ ਨਾ ਹੋਵੇ ਉੱਥੇ। ਉਹਦੇ ਰਿਗਾਰਡਿੰਗ ਉਹਨਾਂ ਨੇ ਸਾਨੂੰ ਕੁਛ ਸੁਜੈਸ਼ਨ ਵੀ ਦਿੱਤੇ ਆ, ਕੁਛ ਅਸੀਂ ਉਹਨਾਂ ਨੂੰ ਸੁਜੈਸਟ ਕੀਤਾ, ਜਿੱਦਾਂ ਸਪੋਜ਼ ਉਹਨਾਂ ਦੇ ਸੀਸੀ ਕੈਮਰੇ ਲੱਗੇ ਹੋਣੇ ਚਾਹੀਦੇ ਆ, ਉਹ ਚੌਂਕੀਦਾਰ ਵੀ ਰੱਖਣਗੇ, ਔਰ ਉਸ ਤੋਂ ਇਲਾਵਾ ਸਾਡੇ ਜਿਹੜਾ ਸਾਡਾ ਕੰਮ ਜਿਹੜਾ ਸਾਡੀ ਰਿਸਪੋਂਸੀਬਿਲਿਟੀ ਦੈਟ ਇਜ਼ ਕਿ ਅਸੀਂ ਜਿਹੜੇ PCR ਵਗੈਰਾ ਉਹਨਾਂ ਨੂੰ ਮੋਬਾਈਲ ਰੱਖਾਂਗੇ 24 ਆਵਰ, ਤਾਂ ਕਿ ਕੋਈ ਜਿਹੜਾ ਕੋਈ ਬੈਡ ਐਲੀਮੈਂਟਸ ਆ ਜਾਂ ਕੋਈ ਚੋਰ ਹੈ ਕੋਈ ਹੈ ਉਸ ਤਰ੍ਹਾਂ ਦਾ ਕੋਈ ਗਲਤ ਹਰਕਤ ਨਾ ਕਰ ਸਕੇ। ਔਰ ਉਸ ਤੋਂ ਇਲਾਵਾ ਉਹਨਾਂ ਨੇ ਸਾਨੂੰ ਕੁਛ ਹੋਰ ਵੀ ਦੱਸਿਆ ਕਿ ਜਿਹੜਾ ਇਨਕਰੋਚਮੈਂਟ ਲੋਕਾਂ ਨੇ ਕੀਤੀ ਹੋਈ ਹੈ, ਉਹ ਕਹਿੰਦੇ ਅਸੀਂ ਤੁਹਾਡੇ ਨਾਲ ਫੁੱਲ ਕੋਆਪਰੇਟ ਕਰਾਂਗੇ, ਤੁਸੀਂ ਇਨਕਰੋਚਮੈਂਟ ਜਿਹੜੀ ਹਟਾਓ, ਜਿਹੜੀ ਇਲੀਗਲ ਇਨਕਰੋਚਮੈਂਟ। ਔਰ ਖਾਸ ਕਰਕੇ ਜਿਹੜਾ ਗਾਂਧੀ ਚੌਂਕ ਹੈਗਾ, ਇੱਥੇ ਉਹਨਾਂ ਦੱਸਿਆ ਕਿ ਜਿਹੜੀਆਂ ਬੜਾ ਡੈਂਸ ਉੱਥੇ ਹੈਗਾ ਪਾਪੂਲੇਟਡ ਏਰੀਆ, ਉੱਥੇ ਰੇਹੜੀਆਂ ਵਗੈਰਾ ਜਿਹੜੀਆਂ ਉਹ ਸ਼ਾਮ ਨੂੰ 6 ਤੋਂ ਲੈ ਕੇ 10 ਵਜੇ ਤੱਕ ਬਹੁਤ ਜ਼ਿਆਦਾ ਲੱਗ ਜਾਂਦੀਆਂ, ਜਿਹਦੇ ਨਾਲ ਏਰੀਆ ਆਲਰੇਡੀ ਕੰਜਸਟਡ ਆ, ਉਹਦੇ ਨਾਲ ਹੋਰ ਕੰਜਸਟਡ ਹੋ ਜਾਂਦਾ, ਔਰ ਮੂਵਮੈਂਟ ਜਿਹੜੀ ਆ ਉਹ ਪੋਸੀਬਲ ਨਹੀਂ ਹੁੰਦੀ, ਆਮ ਜਿਹੜੇ ਪਬਲਿਕ ਉਹਨਾਂ ਨੂੰ ਬੜੀ ਹਰਾਸਮੈਂਟ ਹੁੰਦੀ ਆ। ਅਤੇ ਇੱਕ ਉਹਨਾਂ ਦਾ ਇਹ ਪੁਆਇੰਟ ਆ। ਦੂਸਰਾ ਪੁਆਇੰਟ ਸੀ, ਉਹ ਕਹਿੰਦੇ ਕੁਛ ਸ਼ੋਪਸ ਹੈਗੀਆਂ ਜਿਹੜੀਆਂ ਕਿ ਉੱਥੇ ਆਊਟਸਾਈਡਰ ਲੋਕ ਆ ਕੇ ਉਹ ਉੱਥੇ ਰਹਿ ਰਹੇ ਆ, ਅਤੇ ਉਹਨਾਂ ਨੂੰ ਥੋੜ੍ਹਾ ਵੇਰੀਫਾਈ ਕੀਤਾ ਜਾਵੇ। ਮੈਂ ਉਹਨਾਂ ਦੇ ਸਾਰੇ ਸੁਜੈਸ਼ਨ ਲੈ ਲਏ ਆ, ਔਰ ਮੈਂ ਆਪਣੇ ਜਿਹੜੇ ਸਾਡੇ ਮੇਰੇ SHO ਹੈ ਉਹਦੇ ਆਲਰੇਡੀ ਦੇ ਆਰ ਡੂਇੰਗ ਬੈਸਟ, ਫਿਰ ਵੀ ਮੈਂ ਉਹਨਾਂ ਨੂੰ ਜਿਹੜਾ ਮਤਲਬ ਡਾਇਰੈਕਟ ਕਰੂੰਗਾ ਕਿ ਦੇ ਵਿਲ ਟੇਕ ਐਕਸ਼ਨ ਅਕੋਰਡਿੰਗ ਟੂ ਦੇਅਰ ਚੋਇਸ, ਜੋ ਵੀ ਉਹਨਾਂ ਸਾਨੂੰ ਦੱਸਿਆ। ਹਾਂਜੀ ਹਾਂਜੀ, ਜਿਹੜੇ ਪ੍ਰਵਾਸੀ ਮਾਈਗ੍ਰੇਟ ਲੇਬਰ ਜਿਹੜੇ ਆ, ਅਸੀਂ ਉਹਨਾਂ ਨੂੰ ਵੇਰੀਫਾਈ ਕਰ ਰਹੇ ਹਾਂ ਜੀ, ਉਹਨਾਂ ਦੇ ਸਟ੍ਰੇਂਜਰ ਰੋਲ ਕੱਟ ਰਹੇ ਹਾਂ, ਉਹਨਾਂ ਦੇ ਜਿਹੜੇ ਐਂਟੀਸੀਡੈਂਟਸ ਵਗੈਰਾ ਅਸੀਂ ਉਹ ਵੇਰੀਫਾਈ ਕਰ ਰਹੇ ਹਾਂ ਕਿ ਕਿਸ ਸਟੇਟ ਤੋਂ ਆਏ ਆ, ਉੱਥੇ ਉਹਨਾਂ ਦਾ ਪਿੱਛੇ ਉਹਨਾਂ ਦਾ ਪਿਛੋਕੜ ਕਿਸ ਤਰ੍ਹਾਂ ਦਾ ਹੈਗਾ। ਦੇਖੋ ਜੀ, ਇਹ ਸਾਡਾ ਜਿਹੜਾ ਪ੍ਰੋਸੈਸ ਆ ਜਿਹੜਾ ਆਲਰੇਡੀ ਇਨਫੋਰਸਡ ਹੋਇਆ ਹੈ, ਚੱਲ ਰਿਹਾ ਆਲਰੇਡੀ, ਕਿਉਂਕਿ ਡਿਊਰਿੰਗ ਇਲੈਕਸ਼ਨ ਇਹ ਸਾਡੇ ਜਿਹੜੇ ਜਿੰਨੇ SHO ਸੀਗੇ ਉਹ ਆਲਰੇਡੀ ਕਰ ਰਹੇ ਆ ਕਿ ਜਿੰਨੇ ਲੋਕ ਇੱਥੇ ਬਾਹਰੋਂ ਆ ਕੇ ਕੋਈ ਕਿਰਾਏ 'ਤੇ ਰਹਿੰਦਾ, ਅਤੇ ਅਸੀਂ ਓਨਰ ਜਿਹੜੇ ਆ ਉਹਨਾਂ ਨੂੰ ਅਸੀਂ ਆਲਰੇਡੀ ਇੰਟੀਮੇਟ ਕੀਤਾ ਹੋਇਆ, ਈਵਨ DC ਸਾਹਿਬ ਵੱਲੋਂ ਆਰਡਰ ਵੀ ਆਏ ਹੋਏ ਆ, 188 ਦੇ ਪਰਚੇ ਹੁੰਦੇ ਆ, ਜਿਹੜਾ ਬੰਦਾ ਇਸ ਚੀਜ਼ ਨੂੰ ਮਤਲਬ ਕੰਪਲਾਈ ਨਹੀਂ ਕਰਦਾ, ਕੋਈ ਬਿਨਾਂ ਵੈਰੀਫਿਕੇਸ਼ਨ ਦੇ ਕਿਸੇ ਨੂੰ ਕੋਈ ਰੱਖੇਗਾ ਆਪਣੇ ਕਿਰਾਏ 'ਤੇ, ਅਤੇ ਜਿਹੜਾ ਓਨਰ ਆ ਉਹਦੇ ਖਿਲਾਫ਼ ਜਿਹੜੀ ਆ ਅਸੀਂ ਬਿਲਕੁਲ ਲੀਗਲ ਕਾਰਵਾਈ ਕਰਾਂਗੇ। ਦਿਸ ਪ੍ਰੋਸੈਸ ਇਜ਼ ਆਲਰੇਡੀ ਕੰਟੀਨਿਊ, ਉਹ ਚੱਲ ਰਿਹਾ।